ਗੁਰਬਗਾਰ ਨਰਸਾਂ, ਜਿਹਨਾਂ ਵਿੱਚੋਂ ਦੋ ਨੂੰ ਅੱਜ ਅਸੀਂ ਪ੍ਰਸ਼ੰਸਾ ਚਿੰਨ੍ਹ ਦਿੱਤੇ ਨੇ, ਲੇਕਿਨ ਪ੍ਰਸ਼ੰਸਾ ਉਹਨਾਂ ਸਾਰੀਆਂ ਦੀਆਂ ਜਿਹੜੀਆਂ ਦਿਨ ਰਾਤ ਕੰਮ ਕਰਦੀਆਂ ਨੇ, ਮਰੀਜ਼ ਨੂੰ ਰਾਹਤ ਦਿੰਦੀਆਂ ਨੇ, ਔਰ ਫਲੋਰੈਂਸ ਨਾਈਟਿੰਗੇਲ ਜਿਹਨੂੰ ਪੂਰੇ ਦੁਨੀਆ ਭਰ ਦੇ ਵਿੱਚ ਯਾਦ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਫੱਟੜ ਲੋਕਾਂ ਦੀ, ਬਿਮਾਰ ਲੋਕਾਂ ਦੀ ਪਿਆਰ ਦੇ ਨਾਲ, ਸਨਮਾਨ ਦੇ ਨਾਲ ਸੇਵਾ ਕੀਤੀ। ਇਹੀ ਪਿਆਰ ਔਰ ਸਨਮਾਨ ਦੇ ਨਾਲ ਸੇਵਾ ਐਟਲੀਸਟ ਹੈਲਥ ਮਹਿਕਮੇ ਦੀਆਂ ਸਾਰੀਆਂ ਸਾਡੀਆਂ ਨਰਸਾਂ ਕਰਨਗੀਆਂ, ਇਹ ਮੈਨੂੰ ਆਸ ਹੈ, ਯਕੀਨ ਵੀ ਹੈ। ਹਰ ਹਸਪਤਾਲ ਦੇ ਵਿੱਚ ਫੈਸਿਲਿਟੀਜ਼ ਦੀ ਲੋੜ ਹੁੰਦੀ ਹੈ, ਚਾਹੇ ਇਨਫਰਾਸਟ੍ਰਕਚਰ ਹੋਏ ਜਿਵੇਂ ਬਿਲਡਿੰਗ, ਕਮਰੇ ਐਡ ਕਰਨੇ, ਇਸੇ ਤਰ੍ਹਾਂ ਇਕੁਇਪਮੈਂਟ, ਟਾਈਮ ਟਾਈਮ 'ਤੇ ਨਵੇਂ ਇਕੁਇਪਮੈਂਟ ਲੈਣ ਦੀ ਲੋੜ ਹੁੰਦੀ ਹੈ। ਜਿਹੜਾ ਇਕੁਇਪਮੈਂਟ ਲੱਗਿਆ ਹੋਏ ਉਹਨੂੰ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ, ਔਰ ਜਿੱਥੇ ਲੋੜ ਹੋਵੇ ਉੱਥੇ ਵਧਾਉਣ ਦੀ ਲੋੜ ਉਹ ਵੀ ਪੂਰੀ ਕਰਨੀ ਚਾਹੀਦੀ ਹੈ। ਮਹਿਕਮਾ ਇਹ ਸਾਰੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਸਭ ਤੋਂ ਬੈਸਟ ਪੋਸੀਬਲ ਇਕੁਇਪਮੈਂਟ ਅਸੀਂ ਦਈਏ। ਇੱਕ ਜਿਹੜੀ ਬਹੁਤ ਅਰਸੇ ਤੋਂ ਮਹਿਸੂਸ ਹੁੰਦਾ ਸੀ ਕਿ ਇਕੁਇਪਮੈਂਟ ਲੱਗ ਤਾਂ ਜਾਂਦਾ ਹੈ, ਲੇਕਿਨ ਉਸ ਤੋਂ ਬਾਅਦ ਉਹਦੀ ਮੇਨਟੇਨੈਂਸ ਨਹੀਂ ਹੁੰਦੀ, ਮੇਨਟੇਨੈਂਸ ਵਾਸਤੇ ਕਦੀ ਫੰਡ ਨਹੀਂ ਹੁੰਦੇ, ਜਾਂ ਕਦੀ ਸਹੀ ਤਰੀਕੇ ਨਾਲ ਸਹੀ ਸਮੇਂ 'ਤੇ ਮੇਨਟੇਨੈਂਸ ਵਾਸਤੇ ਉਪਰਾਲੇ ਨਹੀਂ ਕੀਤੇ ਜਾਂਦੇ। ਉਸਨੂੰ ਪਛਾਣਦੇ ਹੋਏ ਇੱਕ ਪੂਰੇ ਸਟੇਟ ਵਾਸਤੇ ਅਸੀਂ ਟੈਂਡਰ ਕਾਲ ਕਰਕੇ ਰੇਟ ਕੰਟਰੈਕਟ ਕੀਤਾ ਹੈ, ਔਰ ਇਸੀ ਸਾਲ ਉਹ ਆਪਰੇਸ਼ਨ ਵਿੱਚ ਉਹ ਲਾਗੂ ਹੋ ਜਾਵੇਗਾ ਰੇਟ ਕੰਟਰੈਕਟ, ਜਿਹਦੇ ਰਾਹੀਂ ਇੱਕ ਕੌਮੀ ਪੱਧਰ ਦੀ ਵੱਡੀ ਕੰਪਨੀ ਨੂੰ ਲਿਆ ਗਿਆ ਹੈ, ਜੋ ਸਾਡੇ ਸਾਰੇ ਇਕੁਇਪਮੈਂਟ ਨੂੰ ਚਲਦੀ ਹਾਲਤ ਵਿੱਚ ਰੱਖਣ ਲਈ ਜਿਹਦੇ ਨਾਲ ਕੰਟਰੈਕਟ ਕੀਤਾ ਹੈ। ਇਹ ਮੈਨੂੰ ਆਸ ਹੈ ਕਿ ਦਸੰਬਰ ਤੋਂ ਪਹਿਲਾਂ ਇਹ ਲਾਗੂ ਹੋ ਜਾਏਗਾ, ਤਾਂ ਕਿ ਹਸਪਤਾਲ ਵਿੱਚ ਕੋਈ ਵੀ ਜਿਹੜਾ ਵੀ ਕੋਈ ਇਕੁਇਪਮੈਂਟ ਆਉਂਦਾ ਹੈ, ਕੋਈ ਮਸ਼ੀਨਰੀ, ਕੋਈ ਚੀਜ਼ ਖਰਾਬ ਹਾਲਤ ਵਿੱਚ ਕਦੀ ਵੀ ਨਾ ਪਾਈ ਜਾਏ। ਤੁਸੀਂ ਜਾਣਦੇ ਹੋ ਵੱਡਾ ਉਪਰਾਲਾ ਅਸੀਂ 3-4 ਸਾਲ ਪਹਿਲਾਂ ਕੀਤਾ ਸੀ, ਜਦੋਂ ਇਹ ਫਰੀ ਇਸੈਂਸ਼ਲ ਡਰੱਗ ਸਕੀਮ ਸ਼ੁਰੂ ਕੀਤੀ। ਇਸ ਦਾ ਭਾਵ ਇਹ ਸੀ ਕਿ ਚਾਹੇ ਜ਼ਰੂਰੀ ਦਵਾਈਆਂ ਹੋਣ ਜਾਂ ਜ਼ਰੂਰੀ ਜਿਹਨੂੰ ਅਸੀਂ ਕੰਜ਼ੂਮੇਬਲ ਕਹਿੰਦੇ ਹਾਂ, ਜਿਵੇਂ ਕਿ ਟੀਕੇ, ਪੱਟੀ, ਰੂਮ, ਕਿਸੇ ਨੂੰ ਵੀ ਇਹ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਇਹ ਮਾਰਕੀਟ ਤੋਂ ਨਾ ਖਰੀਦਣੀਆਂ ਪੈਣ, ਬਾਹਰੋਂ ਨਾ ਲੈਣੀਆਂ ਪੈਣ, ਹਸਪਤਾਲ ਦੇ ਵਿੱਚ ਉਸਦਾ ਪ੍ਰਬੰਧ ਕੀਤਾ ਜਾਵੇ। ਉਹ ਪ੍ਰਬੰਧ ਹੁਣ ਸਭ ਥਾਂ 'ਤੇ ਹੋ ਗਿਆ। ਮੈਂ ਆਪਣੇ ਡਾਕਟਰਸ ਨੂੰ ਵੀ ਰਿਕੁਐਸਟ ਕਰਾਂਗੀ, ਨਰਸਿਸ ਨੂੰ ਵੀ ਰਿਕੁਐਸਟ ਕਰਾਂਗੀ, ਔਰ ਇੱਥੇ ਸਾਰੇ ਜਿਹੜੇ ਪਤਵੰਤ ਸੱਜਣ ਇਲਾਕੇ ਦੇ ਲੋਕ ਸ਼ਾਮਿਲ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਇਸ ਸਕੀਮ ਨੂੰ ਲਾਗੂ ਕਰਨਾ ਸਾਡੇ ਸਾਰਿਆਂ ਦਾ ਫਰਜ਼ ਹੈ, ਕਿਉਂਕਿ ਸਰਕਾਰ ਆਪਣੇ ਵੱਲੋਂ ਬਿਲਕੁਲ ਕੋਈ ਸਾਡੇ ਕੋਲ ਕਿੱਲਤ ਨਹੀਂ ਹੈ, ਪੂਰਾ ਫੰਡ ਦਾ ਪ੍ਰਬੰਧ ਹੋਏਗਾ, ਸਾਰੀ ਵਿਉਤਬੰਦੀ ਕੀਤੀ ਹੋਈ ਹੈ। ਜੋ ਜੋ ਜ਼ਰੂਰੀ ਦਵਾਈਆਂ ਨੇ, 200 ਤੋਂ ਉੱਪਰ ਦਵਾਈਆਂ, ਜਿਹਦੇ ਵਿੱਚ ਐਂਟੀਬਾਇਓਟਿਕ ਵੀ ਜ਼ਰੂਰੀ ਸ਼ਾਮਿਲ ਨੇ, ਜਿਹਦੇ ਵਿੱਚ ਲੰਬੇ ਅਰਸੇ ਲਈ ਖਾਣ ਵਾਲੀ ਦਵਾਈ, ਜਿਵੇਂ ਕਿ ਅਗਰ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੈ, ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ, ਜਿਹਨਾਂ ਬਿਮਾਰੀਆਂ ਦੀ ਸਾਰੀ ਉਮਰ ਦਵਾਈ ਲੈਣੀ ਪੈਂਦੀ ਹੈ, ਉਹ ਸਾਰੀ ਉਮਰ ਵਾਸਤੇ ਦਵਾਈ ਮਾਈਕ ਦੀ ਪ੍ਰੋਬਲਮ ਕਰਕੇ ਖੇਦ ਹੈ, ਤੁਸੀਂ ਸੁਣ ਰਹੇ ਸੀ ਮੁੱਖ ਮਹਿਮਾਨ ਸ਼੍ਰੀਮਤੀ ਵਿਨੀ ਮਹਾਜਨ, IAS ਪ੍ਰਮੁੱਖ ਸਕੱਤਰ ਸਿਹਤ ਵਿਭਾਗ ਪੰਜਾਬ।
ਕਰੇ ਕਰੇ ਸਾਰਿਆਂ ਲਈ ਚਾਹ ਦਾ ਅਰੇਂਜਮੈਂਟ ਕੀਤਾ ਗਿਆ।